पाँच में से आई थिंक सिक्स ही दूंगा, बहुत अच्छी मूवी लगी। राजकुमार सर की एक्टिंग बहुत अच्छी है, श्रद्धा ऑसम। ਇੰਨੀ ਹੁਣ ਗ੍ਰਾਫਿਕਸ ਬਹੁਤ ਵਧੀਆ ਵਾ, ਐਡੀਟਿੰਗ ਬਹੁਤ ਵਧੀਆ ਕੀਤੀ ਹੋਈ ਹੈ, ਨਾਲੇ ਐਕਟਿੰਗ ਬਹੁਤ ਵਧੀਆ ਕੀਤੀ ਹੋਈ ਹੈ ਰਾਜਕੁਮਾਰ ਰਾਓ ਨੇ। ਇਹ ਫਿਲਮ ਜੋ ਹੁੰਦਾ ਭੂਤੀਆ ਫਿਲਮਾਂ ਹੁਣ ਲੋਕ ਜ਼ਿਆਦਾ ਪਸੰਦ ਕਰਦੇ ਆ, ਤਾਂ ਕਮਾਲਿਆ ਉਹਨੇ। ਫੈਕਟਸ ਬਹੁਤ ਵਧੀਆ ਨੇ, ਬਹੁਤ ਵਧੀਆ ਨੇ, ਕਾਫੀ ਕਾਫੀ ਅੱਛਾ ਕੰਮ ਕੀਤਾ ਗਿਆ, ਸਹੀ ਹੈ। ਇਹ ਆ ਬਹੁਤ ਅੱਛੀ ਰਹੀ, ਮੈਂ ਤਾਂ ਸੈਕਿੰਡ ਟਾਈਮ ਆਈ ਸੀ ਦੇਖਣੇ, ਬਹੁਤ ਅੱਛੀ ਲੱਗੀ। 400-500 ਕਰੋੜ ਜਿਹੜੀ ਇਹ ਕਮਾ ਚੁੱਕੀ ਹੈਗੀ ਹੈ, ਕੀ ਲੱਗਦਾ ਕੀ ਇਹਨੇ ਪੇ ਕਾਂਡ ਰੱਖ? ਨਹੀਂ ਜੀ, ਇਹ ਮਤਲਬ ਸਹੀ ਆ ਪੂਰੀ, ਇੰਨਾ ਕਿ ਬਰਥ ਡੇ ਤੋਂ ਉੱਪਰ ਵੀ ਜਾਏ। ਰੀਲਾਂ ਤੋਂ ਦੇਖ ਦੁੱਖ ਕੇ ਹੀ ਮਤਲਬ ਅਸੀਂ ਆਏ ਵੀ, ਗਾਣਾ ਮੇਨ ਗਾਣੇ ਵੀ ਜਿਹੜੇ ਦੋ ਇਹਦੇ 'ਚ ਆ, ਉਹਨਾਂ ਕਰਕੇ ਵੀ ਅਸੀਂ ਮੂਵੀ ਦੇਖਣ ਆਏ। ਦੇਖ ਲਓ ਆ ਕੇ, ਵਧੀਆ ਵਰਥ ਇਟ ਹੈ, ਪੈਸਾ ਵਸੂਲ ਮੂਵੀ ਹੈ। ਹਾਂਜੀ, ਘੈਂਟ ਉਹ ਤਾਂ। ਹੈਲੋ ਨਮਸਤੇ, ਸਤਿ ਸ਼੍ਰੀ ਅਕਾਲ ਆਪ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦਾ ਫਾਈਵ ਸਟਾਰ ਮੂਵੀ ਰਿਵਿਊ ਸ਼ੋਅ। ਸੋ ਦੋਸਤੋ, ਇਸ ਵੇਲੇ ਹੈਗੇ ਲੁਧਿਆਣਾ ਸ਼ਹਿਰ ਦੇ ਵੀ ਟੂ ਵੀ ਸਿਨੇਮਾ, ਤੁਹਾਨੂੰ ਦੱਸ ਦੇਵਾਂ ਕਿ ਲਗਾਤਾਰ 14ਵੇਂ ਦਿਨ ਜਿਹੜਾ ਵੈ ਇਸਤਰੀ 2, ਜੀ ਹਾਂ ਬਿਲਕੁਲ, ਇਸਤਰੀ 2 ਜਿਹੜਾ ਵੈ KGF 2 ਦਾ ਰਿਕਾਰਡ ਤੋੜ ਚੁੱਕਾ, ਤਕਰੀਬਨ 600 ਕਰੋੜ ਜਿਹੜਾ ਪਲੱਸ ਹੈ ਇਸ ਸਮੇਂ ਕਮਾਈ ਕਰ ਚੁੱਕਾ। ਤੁਹਾਨੂੰ ਦੱਸਦਾ ਕਿ ਜਿਸ ਪ੍ਰਕਾਰ ਦੇ ਸਟਾਰ ਕਾਸਟ ਹੈਗੇ ਨੇ, ਅਪਾਰ ਸ਼ਕਤੀ ਹੋ ਗਿਆ, ਰਾਜਕੁਮਾਰ ਰਾਓ ਹੋ ਗਿਆ, ਸ਼ਰਧਾ ਕਪੂਰ ਹੋ ਗਿਆ, ਪੰਕਜ ਤ੍ਰਿਪਾਠੀ ਜੀ, ਇਹ ਸਾਰੇ ਬਖੂਬੀ ਜਿਹੜੇ ਆ ਫਿਲਮ ਦੇ ਵਿੱਚ ਰੋਲ ਕਰਦੇ ਨਜ਼ਰ ਆ ਰਹੇ ਨੇ। ਔਰ ਜਿਸ ਪ੍ਰਕਾਰ ਦੇ ਨਾਲ ਲਿਖਿਆ ਹੋਇਆ ਕਿ ਸਰ ਕੱਟੇ ਦਾ ਆਤੰਕ, ਸੋ ਬਿਲਕੁਲ ਅਸੀਂ ਦੇਖ ਸਕਦੇ ਹੋ ਕਿ ਸਰ ਕੱਟੇ ਦਾ ਆਤੰਕ ਜਿਹੜਾ ਵੈ ਮੂਵੀ ਦੇ ਵਿੱਚ ਇੱਕ ਵਧੀਆ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਅੱਛੇ ਖਾਸੇ ਇਫੈਕਟ ਜਿਹੜੇ ਹੈ ਮੂਵੀ 'ਚ ਤੁਹਾਨੂੰ ਸਾਫ਼ ਤੌਰ ਦੇ ਵਿੱਚ ਦੇਖਣ ਨੂੰ ਮਿਲਣਗੇ। ਤੁਸੀਂ ਕਹਿ ਸਕਦੇ ਹੋ ਕਿ ਮੂਵੀ ਜਿਹੜੀ ਆ ਥੋੜ੍ਹੀ ਹੋਰਲ ਟਾਈਪ ਜ਼ਰੂਰ ਦਿਖਾਈ ਗਈ ਹੈ, ਬਾਲੀਵੁੱਡ ਜਿਹਨੂੰ ਆਪਾਂ ਕਹਿ ਸਕਦੇ ਹਾਂ, ਲੇਕਿਨ ਇੰਨੀ ਜਿਹੜਾ ਬਾਲੀਵੁੱਡ ਮੂਵੀ ਦੇ ਵਿੱਚ ਅਗਰ ਕਿਹਾ ਜਾਵੇ ਤਾਂ ਇੰਨੇ ਇਫੈਕਟ ਕਦੇ ਵੀ ਕਿਸੇ ਵੀ ਹੋਰਲ ਮੂਵੀ 'ਚ ਦਿਖਾਏ ਨਹੀਂ ਗਏ ਜਿੰਨਾ ਇਸ ਮੂਵੀ ਦੇ ਵਿੱਚ ਦਿਖਾਏ ਗਏ ਹੈਗੇ ਨੇ। ਉਹ ਅੱਛਾ ਖਾਸਾ ਜਿਹੜਾ ਵੈ ਖਰਚਾ ਜਿਹੜਾ ਇਸ ਫਿਲਮ ਦੇ ਵਿੱਚ ਇਫੈਕਟ 'ਤੇ ਮੈਂ ਕਹਾਂਗਾ ਜ਼ਰੂਰ ਇਸਤੇਮਾਲ ਕੀਤਾ ਗਿਆ, ਜੋ ਕਿ ਕਹਿ ਲਓ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵਾਪਸ ਵੀ ਆ ਰਿਹਾ। ਔਰ ਕਹਿ ਲਓ ਕਿ ਇਹ ਪਹਿਲੀ ਇਹੋ ਜਿਹੀ ਮੈਨੂੰ ਲੱਗਦਾ ਕਿ ਬਾਲੀਵੁੱਡ ਮੂਵੀ ਹੈ ਕਾਫੀ ਲੰਬੇ ਸਮੇਂ ਬਾਅਦ ਜੋ ਕਿ ਹੋਰਲ ਦੇ ਵਿੱਚ ਕਾਮਯਾਬ ਹੋ ਰਹੀ ਹੈ, ਔਰ ਵੱਡੇ ਵੱਡੇ ਸਾਊਥ ਮੂਵੀਜ਼ ਦੇ ਵੀ ਜਿਹੜੇ ਰਿਕਾਰਡ ਹੈ ਸਾਫ਼ ਤੋੜਦੀ ਨਜ਼ਰ ਆ ਰਹੀ ਹੈ। ਔਰ ਤੁਹਾਨੂੰ ਕਹਿ ਦੇਵਾਂ ਕਿ ਹਾਲੇ ਵੀ ਇਸਦਾ ਜਿਹੜਾ ਚਾਰ ਮੈਂ ਫਿਲਮ ਨੂੰ ਦੇਖਣ ਦਾ ਲੋਕਾਂ ਦਾ, ਕਈਆਂ ਨੇ ਸਾਫ਼ ਤੌਰ 'ਤੇ ਵੀ ਕਹਿਣਾ ਕਿ ਅਸੀਂ ਇੱਕ ਤੋਂ ਦੋ ਵਾਰ ਜਿਹੜੀ ਹੈ ਫਿਲਮ ਸਾਫ਼ ਤੌਰ 'ਤੇ ਦੇਖ ਚੁੱਕੇ ਹਾਂ ਔਰ ਅੱਜ ਵੀ ਦੇਖਣ ਆ ਰਹੇ ਹੈਗੇ ਹਾਂ। ਫਿਲਮ ਦੀ ਸਟੋਰੀ ਬਹੁਤ ਵਧੀਆ ਵੈ, ਕੰਸੈਪਟ ਬਹੁਤ ਵਧੀਆ, ਵੱਡੀ ਗੱਲ ਹੈ ਕਿ ਫਿਲਮ ਸ਼ੁਰੂ ਤੋਂ ਲੈ ਕੇ ਐਂਡ ਤੱਕ ਦਰਸ਼ਕਾਂ ਨੂੰ ਜੋੜਨ ਰੱਖਣ ਦੇ ਵਿੱਚ ਕਾਮਯਾਬ ਰਹੀ ਹੈ। ਇਸ ਮੌਕੇ 'ਤੇ ਲੁਧਿਆਣਾ ਵਾਸੀਆਂ ਦਾ ਕੀ ਕਹਿਣਾ, ਦੇਖੋ ਸਾਡੀ ਇੱਕ ਖਾਸ ਰਿਪੋਰਟ। ਬਹੁਤ ਸੋਹਣੀ ਮੂਵੀ ਸੀ, ਦੇਖੀ ਘੱਟ ਹੈ, ਵਧੀਆ ਸੀ, ਬਹੁਤ ਸੋਹਣੀ ਮੂਵੀ। ਬਹੁਤ ਵਧੀਆ, ਔਸਮ, ਛੇ ਸੌ ਕਰੋੜ ਫਿਲਮ ਕਮਾ ਕੇ 14ਵੇਂ ਦਿਨ ਦੀ KGF 2 ਦਾ ਰਿਕਾਰਡ ਤੋੜ ਦਿੱਤਾ। ਸਟੋਰੀ ਬਹੁਤ ਸੋਹਣੀ ਸੀਗੀ, ਇਸ ਕਰਕੇ ਇਫੈਕਟ ਕਿੱਦਾਂ ਲੱਗਿਆ? ਬਹੁਤ ਸੋਹਣੇ ਜੀ, ਥੈਂਕ ਯੂ। ਬਹੁਤ ਇੰਟਰਸਟਿੰਗ ਮੂਵੀ ਹੈ, ਬਹੁਤ ਇੰਟਰਸਟਿੰਗ ਮੂਵੀ ਹੈ, ਔਸਮ ਮੂਵੀ ਹੈ, ਬੈਸਟ ਹੈ ਮੂਵੀ, ਬੈਸਟ ਹੈ। ਕਿੰਨਾ ਸਟਾਰ ਦੋਗੇ? 5 ਮੇ ਸੇ ਆਈ ਥਿੰਕ 6 ਹੀ ਦੂੰਗਾ, ਬਹੁਤ ਅੱਛੀ ਮੂਵੀ ਲੱਗੀ। ਰਾਜਕੁਮਾਰ ਸਰ ਕੀ ਐਕਟਿੰਗ ਬਹੁਤ ਅੱਛੀ ਹੈ, ਸ਼ਰਧਾ ਔਸਮ, ਵਧੀਆ ਵਾ। 5 ਚੋਂ ਕਿੰਨੇ ਸਟਾਰ ਦੋਗੇ? ਪੂਰੇ ਪੂਰੇ। ਬੈਸਟ ਕੀ ਲੱਗਿਆ ਮੂਵੀ ਦਾ? ਸਰ ਘਟਾ, ਸਰ ਘਟਾ, ਸਰ ਘਟਾ ਵਧੀਆ ਲੱਗਿਆ। ਕੀ ਕਹਿਣਾ ਚਾਹੁੰਗਾ ਲੁਧਿਆਣਾ ਵਾਸੀਆਂ? ਵਧੀਆ ਵਾ, ਠੀਕ ਹੈ, ਚੱਲਾਂ ਗਏ ਯਾਰ। ਕੀ ਨਾਮ ਹੈ ਜਣਾ? ਹਰਦੀਪ ਸਿੰਘ। ਮੂਵੀ ਕਿੱਦਾਂ ਲੱਗੀ ਵਾ ਜੀ? ਠੀਕ ਹੈ ਜੀ ਸਰ ਜੀ, ਬੜੀਆ ਹੈ। ਬੈਸਟ ਕੀ ਮੂਵੀ 'ਚ ਲੱਗੀ ਹੈ ਜਿਹੜਾ 600 ਕਰੋੜ ਕਮਾ ਲਈ ਹੈ? ਸਰ ਇੰਨਾ ਤਾਂ ਉਹ ਵੀ ਸਮਝ ਮੈਂ ਨਹੀਂ ਆਇਆ, ਦੁਬਾਰਾ ਦੇਖ ਕੇ ਫਿਰ ਸਮਝ ਮੈਂ ਆਏਗਾ, ਪਰ ਠੀਕ ਹੈ ਮੂਵੀ ਅਭੀ। ਬਸ ਭਾਅ ਜੀ, ਬਸ ਮੂਵੀ ਬੈਸਟ ਕੀ ਲੱਗਿਆ ਤੁਹਾਨੂੰ? ਸਾਰੀ ਮੂਵੀ ਵਧੀਆ ਸੀ। ਯਸ਼ਿਕ ਮੂਵੀ ਕਿੱਦਾਂ ਲੱਗੀ? ਬਹੁਤ ਵਧੀਆ ਜੀ। ਬੈਸਟ ਕੀ ਲੱਗਿਆ ਮੂਵੀ ਜਿਹੜਾ 600 ਕਰੋੜ? ਇੰਨੀ ਹੁਣ ਗ੍ਰਾਫਿਕਸ ਬਹੁਤ ਵਧੀਆ ਵਾ, ਐਡੀਟਿੰਗ ਬਹੁਤ ਵਧੀਆ ਕੀਤੀ ਹੋਈ ਹੈ, ਨਾਲੇ ਐਕਟਿੰਗ ਬਹੁਤ ਵਧੀਆ ਕੀਤੀ ਹੋਈ ਹੈ ਰਾਜਕੁਮਾਰ ਰਾਓ ਨੇ ਤਾਂ। ਔਰ ਸਰ ਕੱਟੇ ਦੀ ਐਕਟਿੰਗ ਕਿਵੇਂ ਲੱਗੀ? ਉਹ ਬਹੁਤ ਵਧੀਆ ਲੱਗੀ, ਉਹ ਤਾਂ ਮਜ਼ਾ ਆ ਕੇ ਦੇਖ ਕੇ ਕਿਵੇਂ ਲੱਗੇ? ਐਂਡਿੰਗ ਉਹ ਬਹੁਤ ਵਧੀਆ, ਮਤਲਬ ਪੂਰੀ ਫਿਲਮ ਬਹੁਤ ਵਧੀਆ ਵਾ, ਮਤਲਬ ਬਣ ਕੇ ਰੱਖਦੇ ਦਰਸ਼ਕਾਂ। ਹਾਂਜੀ ਹਾਂਜੀ। ਅੱਛਾ, ਕਿਹੜੀ ਚੀਜ਼ ਹੈ ਜਿਹਨੇ ਜਿਸ ਕਰਕੇ ਫਿਲਮ ਨੇ 600 ਕਰੋੜ ਕਮਾ ਲਿਆ? ਇਹ ਫਿਲਮ ਜੋ ਹੁੰਦਾ ਭੂਤੀਆ ਫਿਲਮਾਂ ਹੁਣ ਲੋਕ ਜ਼ਿਆਦਾ ਪਸੰਦ ਕਰਦੇ ਆ, ਤਾਂ ਕਮਾ ਲਿਆ ਉਹਨੇ, ਹੋਰ ਫਿਲਮ ਕਰਕੇ ਜ਼ਿਆਦਾ ਵਧੀਆ। ਹਾਂਜੀ ਹਾਂਜੀ, ਇਫੈਕਟ ਬਹੁਤ ਵਧੀਆ ਲੱਗਿਆ। ਕਿੰਨੇ ਸਟਾਰ ਦੋਗੇ? 5 ਹੀ ਦੇਵਾਂਗੇ ਪੂਰੇ।
ਸਾਰਾ ਕੁਛ ਵਧੀਆ ਸੀ, ਬਹੁਤ ਵਧੀਆ ਬਹੁਤ ਵਧੀਆ, ਸਭ ਵਧੀਆ ਸੀ। ਲੁਧਿਆਣਾ ਵਾਸੀ, ਲੁਧਿਆਣੇ ਵਾਸੀ ਆਉਣ ਅਤੇ ਮੂਵੀ ਦੇਖਣ, ਬਹੁਤ ਵਧੀਆ, ਬਹੁਤ ਬੜੀਆਂ ਸੀ। ਕੀ ਲੱਗਦਾ ਕਿ ਫਿਲਮ 600 ਕਰੋੜ ਕਮਾ ਗਈ, KGF 2 ਨੂੰ ਵੀ ਪਿੱਛੇ ਛੱਡ ਗਈ? ਕਿਉਂਕਿ ਪਿਆ ਬਹੁਤ ਅੱਛੀ ਸੀ, ਮੈਂ ਤਾਂ ਸੈਕਿੰਡ ਟਾਈਮ ਆਈ ਸੀ ਦੇਖਣੇ, ਬਹੁਤ ਅੱਛੀ ਲੱਗੀ। ਸਟੋਰੀ ਅੱਛੀ ਲੱਗੀ ਬਸ, ਜੋ ਇਸਮੇ ਕਾਮੇਡੀ ਵਗੈਰਾ ਸਾਰੀ ਦਿਖਾਈ ਹੋਈ ਹੈ ਉਹ ਜ਼ਿਆਦਾ ਅੱਛੀ ਸੀ। ਕੈਸੇ ਲਗੇ? ਬਹੁਤ ਬੜੀਆਂ, ਓਕੇ ਥੈਂਕ ਯੂ। ਵੋ ਤਾਂ ਹਮੇਸ਼ਾ ਹੀ ਅੱਛੀ ਹੋਤੀ ਹੈ ਉਨਕੀ, ਉਨ੍ਹੋਂਨੇ ਵੀ ਬਹੁਤ ਅੱਛੀ ਗਈ, ਓਕੇ। ਉਨਕੋ ਵੀ ਆ ਕੇ ਦੇਖਣੀ ਚਾਹੀਏ ਕਿਉਂਕਿ ਮੂਵੀ ਬਹੁਤ ਅੱਛੀ ਹੈ। 4, ਓਕੇ ਥੈਂਕ ਯੂ। ਰੋਹਿਤ ਆਈ, ਮਿਸਤਰੀ 2 ਕਿੱਦਾਂ ਲੱਗੀ ਮੂਵੀ? ਬਹੁਤ ਘੈਂਟ ਆਈ ਮੂਵੀ, ਪੂਰੀ ਐਂਡ ਆਈ। 400-500 ਕਰੋੜ ਜਿਹੜੀ ਕਮਾ ਚੁੱਕੀ ਹੈਗੀ ਹੈ, ਕੀ ਲੱਗਦਾ ਕੀ ਇਹਨੇ ਕਾਂਡਰ ਲੱਗਦੀ? ਨਹੀਂ ਜੀ, ਮਤਲਬ ਸਹੀ ਆ ਪੂਰੀ, ਇੰਨਾ ਕੁ ਬਰਥ ਡੇ ਤੋਂ ਉੱਪਰ ਵੀ ਜਾਏਗੀ ਜੈਸਾ ਆਪਦੀ ਮੂਵੀ ਆ। ਅਤੇ ਹੁਣ ਇੰਟਰਵਲ ਹੋਇਆ ਸਰ ਕਟੇ ਦਾ, ਤੰਗ ਹੁਣ ਤੱਕ ਜਿੰਨੀ ਦੇਖੀ ਆ ਪੂਰੀ ਐਂਡ ਲੱਗੀ। ਠੀਕ ਹੈ, ਅਤੇ ਅਗਰ ਗੱਲ ਕਰੀਏ ਜਿਵੇਂ ਇਹਦੇ 'ਚ ਰਾਜਕੁਮਾਰ ਰਾਓ ਦੀ ਐਕਟਿੰਗ ਤੁਹਾਨੂੰ ਕਿਵੇਂ ਲੱਗੀ? ਸ਼ਰਧਾ ਕਪੂਰ ਦੀ ਐਕਟਿੰਗ ਜੀ ਬਹੁਤ ਘੈਂਟ ਲੱਗੀ ਆ। ਉਹਦੇ ਵਿੱਚ ਰੋਮਾਂਟਿਕ ਸੀਨ ਵੀ ਆ, ਅਤੇ ਰੋਮਾਂਟਿਕ ਦੇ ਵਿੱਚ ਜਦੋਂ ਇੱਕਦਮ ਹੀ ਚੇਂਜ ਕਰ ਦਿੰਦੇ ਆ ਉਦੋਂ ਮਤਲਬ ਇੱਕਦਮ ਡਰ ਜਿਹਾ ਵੀ ਲੱਗਦਾ ਆ, ਪਰ ਸਹੀ ਆ ਪੂਰੀ ਘੈਂਟ ਆ। ਇਹਦਾ ਆਤੰਕ ਹੈਗਾ ਵਾ, ਉਹ ਕਿੱਦਾਂ ਲੱਗ ਰਿਹਾ ਫਿਲਮ? ਉਹ ਬਹੁਤ ਸੈੱਟ ਆ ਜੀ ਪੂਰਾ, ਮਤਲਬ ਪਹਿਲਾਂ ਤਾਂ ਲੱਗਦਾ ਸੀ ਫਨੀ ਕਰੈਕਟਰ ਹੋਊਗਾ, ਪਰ ਇੰਨਾ ਫਨੀ ਵੀ ਨਹੀਂ ਹੈਗਾ ਦੇਖਣ 'ਚ, ਅਤੇ ਪਰ ਇੱਕਦਮ ਤਾਂ ਡਰ ਤਾਂ ਲੱਗਦਾ ਹੀ ਜੀ, ਬਹੁਤ ਸੈੱਟ ਆ। ਫਿਲਮ ਜੋੜੀ ਰੱਖਦੀ ਹੈ? ਹਾਂਜੀ ਹਾਂਜੀ, ਫਿਲਮ ਐਂ ਲੱਗਦੀ ਵੀ ਉੱਠੀਏ ਨਾ ਵੀ ਦੇਖੀ ਚੱਲੀਏ, ਹਾਂ ਵੀ ਅੱਗੇ ਵੀ ਹੋਰ ਸਟੋਰੀ ਹੋਵੇ। ਅੱਗੇ ਵੀ ਹੋਰਰ ਮੂਵੀਜ਼ ਆਈਆਂ ਨੇ, ਉਹਦੇ ਮੁਕਾਬਲੇ ਕਿੱਦਾਂ ਦੇ? ਨਾ ਉਹਨਾਂ ਤੋਂ ਮੁਕਾਬਲੇ ਅਸੀਂ ਸਤਰੀਵੰਤ ਤੋਂ ਜ਼ਿਆਦਾ ਸਹੀ ਲੱਗੀ ਮੈਨੂੰ, ਸਤਰੀਵੰਤ ਨਾਲ। ਹਾਂ, ਇਹਨਾਂ ਨੇ ਸਰਕਟੇ ਦਾ ਮਤਲਬ ਜਿਹੜਾ ਕਰੈਕਟਰ ਪਾਇਆ ਉਹਦੇ ਵਿੱਚ, ਇਹ ਉਹ ਮਤਲਬ ਫਿਲਮ ਨੂੰ ਵਰਥ ਇੱਟ ਬਣਾਉਂਦਾ ਆ। ਹਾਂ, ਲੱਗ ਰਹੇ ਗਾਣੇ ਸਹੀ ਆ ਜੀ, ਮਤਲਬ ਜਿਹੜਾ ਤੁਹਾਨੂੰ ਪਤਾ ਖੇਤੋਂ ਮੈਂ ਤੂੰ ਆਈ ਨਹੀਂ ਲਾਈ ਕਿੱਦਾਂ, ਉਹ ਗਾਣੇ ਘੈਂਟ ਆ, ਰੀਲਸ ਵੀ ਬਣ ਰਹੀਆਂ ਉਹਦੇ 'ਤੇ ਅੱਜ ਕੱਲ੍ਹ, ਰੀਲਾਂ ਤੋਂ ਦੇਖ ਦੁੱਖ ਕੇ ਹੀ ਮਤਲਬ ਅਸੀਂ ਆਏ ਵੀ, ਗਾਣਾ ਮੇਨ ਗਾਣੇ ਵੀ ਜਿਹੜੇ ਦੋ ਇਹਦੇ 'ਚ ਆ ਉਹਨਾਂ ਕਰਕੇ ਹੀ ਅਸੀਂ ਮੂਵੀ ਦੇਖਣ ਆਏ। ਪੈਸਾ ਵਸੂਲ? ਪੈਸਾ ਵਸੂਲ ਆ। ਚੰਗ ਲੁਧਿਆਣਾ ਸੀ ਜਿਹੜੇ? ਨਹੀਂ ਜ਼ਰੂਰ ਆਓ ਯਾਰ, ਮੂਵੀ ਬਹੁਤ ਘੈਂਟ ਆ, ਅਤੇ ਫੈਮਿਲੀ ਨਾਲ ਵੀ ਆਓ, ਕੋਈ ਇੱਦਾਂ ਦੀ ਹੈ ਨਹੀਂ ਕਿ ਫੈਮਿਲੀ ਨਾਲ ਵੀ ਆਪਾਂ ਆ ਸਕਦੇ ਦੇਖਣ, ਫਰੈਂਡਸ ਨਾਲ ਆਓ, ਫਨ ਕਰੋ ਆਪ। ਹਾਂ, ਵਧੀਆ ਹੋਵੇ, ਉਹ ਵੀ ਵਧੀਆ। ਸਰਕਟੇ ਦਾ ਹੱਥ ਕਿਵੇਂ ਲੱਗ ਰਿਹਾ? ਸਰਕਟੇ ਦਾ ਵਧੀਆ, ਇੰਟਰਵਿਊ 'ਚ ਥੋੜ੍ਹਾ ਵਧੀਆ ਦਿਖਾ ਰਿਹਾ, ਪਹਿਲੇ ਪਤਾ ਨਹੀਂ ਲੱਗਿਆ ਇੰਨਾ। ਜੋੜ ਕੇ ਰੱਖਣ ਪਠਾਣ 'ਚ ਕਾਮਯਾਬ? ਹਾਂਜੀ ਹਾਂਜੀ, ਵਧੀਆ ਭਾਈ, ਆਹ ਵੀ ਥੋੜ੍ਹੀ 500 ਕਰੋੜ ਆਹੋ ਤਾਂ ਹੀ ਵਧੀਆ ਉਸ ਹਿਸਾਬ ਨਾਲ। ਹਾਂਜੀ ਹਾਂਜੀ, ਦੇਖ ਲਓ ਆ ਕੇ, ਵਧੀਆ ਵਰਥ ਇਟ ਹੈ, ਪੈਸਾ ਵਸੂਲ ਮੂਵੀ ਆ। ਹਾਂਜੀ, ਘੈਂਟ ਉਹ ਤਾਂ ਘੈਂਟ ਕੀ ਜੀ, ਸਾਊਂਡ ਇਫੈਕਟ ਵਧੀਆ, ਸੌਂਗ ਸੌਂਗ 'ਤੇ ਧਿਆਨ ਨਹੀਂ ਗਿਆ ਭਾਅ ਜੀ, ਠੀਕ ਹੈ। ਲੱਗਦਾ ਕਿ 400-500 ਕਰੋੜ ਫਿਲਮ ਕਮਾ ਚੁੱਕੀ ਹੈ, ਹਾਲੇ ਵੀ ਮਤਲਬ ਅਤੇ VFX ਬਹੁਤ ਵਧੀਆ ਨੇ, ਬਹੁਤ ਵਧੀਆ ਨੇ, ਕਾਫੀ ਕਾਫੀ ਅੱਛਾ ਕੰਮ ਕੀਤਾ ਗਿਆ, ਸਹੀ ਹੈ। ਮੂਵੀ ਕਿਹੜੀ ਚੀਜ਼ ਜਿਹੜੀ ਮੂਵੀ ਨੂੰ ਖਾਸ ਬਣਾਉਂਦੀ ਹੈ? VFX ਅਤੇ ਸਟੋਰੀ ਲਾਈਨ, ਪੰਕਜ ਤ੍ਰਿਪਾਠੀ ਕਿੰਨਾ ਘੈਂਟ ਬੰਦਾ, ਉਹਦੀ ਸਿੰਪਲਿਸਿਟੀ ਐਕਟਿੰਗ ਬਹੁਤ ਵਧੀਆ। ਰਾਜਕੁਮਾਰ ਰਾਓ ਸ਼ਰਧਾ ਕਪੂਰ ਦੀ ਜੋੜੀ ਕਿੱਦਾਂ ਲੱਗ ਰਹੀ ਹੈ? ਵਧੀਆ, ਲਾਈਕ ਆਲਵੇਸ ਵਧੀਆ ਆ, ਇਟਸ ਗੁੱਡ, ਸਟੋਰੀ ਬਣ ਕੇ ਰੱਖਣ 'ਚ ਕਾਮਯਾਬ ਦਰਸ਼ਕਾਂ? ਹਾਂ ਹਾਂ ਬਿਲਕੁਲ ਬਿਲਕੁਲ, ਕੰਟੀਨਿਊਟੀ ਬਹੁਤ ਘੈਂਟ ਹੈ, ਬਹੁਤ ਅੱਛੀ ਹੈ, ਬੜੀ ਸਟੋਰੀ ਨੂੰ ਬਹੁਤ ਵਧੀਆ ਤਰੀਕੇ ਨਾਲ ਕਨੈਕਟ ਕੀਤਾ ਗਿਆ। ਮੂਵੀਜ਼ ਆਈਆਂ ਦੇ ਮੁਕਾਬਲੇ ਇੰਡੀਅਨ ਮੂਵੀਜ਼ 'ਚ ਮੈਂ ਕਹੂੰਗਾ ਆਹੀ ਵਧੀਆ ਆ, ਬਾਕੀ ਆਪਣੀ ਪੁਰਾਣੀ ਜੋ ਮੂਵੀਜ਼ ਹੈ ਉਹ ਤਾਂ ਹੈ ਹੀ ਹੈ, ਬਟ ਆਹ ਜੋ VFX ਯੂਜ਼ ਕੀਤੇ ਗਏ ਨੇ ਬੈਟਰ ਦੈਨ ਬਿਫੋਰ ਹੈ। ਜਿਸ ਬਿਹੇਵ ਦੇ ਨਾਲ ਇੰਨਾ ਪੈਸਾ ਕਮਾ ਚੁੱਕੀ ਹੈ, ਲੋਕ ਇੰਟਰਸਟ ਦਿਖਾ ਰਹੇ ਨੇ, ਕਿ ਜਿਹਨੇ ਨਹੀਂ ਵੀ ਦੇਖੀ 1 ਉਹ ਵੀ 2 ਦੇਖ ਕੇ ਜਾ ਰਹੇ ਨੇ। ਕੀ ਮਤਲਬ? ਜਿਹਨਾਂ ਨੇ ਪਾਰਟ 1 ਨਹੀਂ ਦੇਖਿਆ ਇਸਤਰੀਵੰਤ ਦਾ,
ਉਹ ਮੇਰੇ ਖਿਆਲ ਨਾਲ ਪਾਰਟ 1 ਦੇਖਣਾ ਚਾਹੀਦਾ, ਬਟ ਨਹੀਂ ਮੇਰੇ ਖਿਆਲ ਇਹ ਟੋਟਲੀ ਡਿਫਰੈਂਟ ਸਟੋਰੀ ਹੈ, ਕਨਸੈਪਟ ਹੈਗਾ ਆ, ਪਾਰਟ 1 ਦੇਖਣ ਦੀ ਜ਼ਰੂਰਤ ਨਹੀਂ ਹੈ, ਬਟ ਦੇਖੋ ਵਧੀਆ ਗੱਲ ਹੈ। ਪਾਰਟ 3 ਉਹਨਾਂ ਦਾ ਅਕੋਰਡਿੰਗ ਆਉਣਾ ਚਾਹੀਦਾ, ਕੈਰੈਕਟਰਸ ਆਉਣਾ ਚਾਹੀਦਾ, ਬਿਲਕੁਲ ਬਿਲਕੁਲ ਆਉਣਾ ਚਾਹੀਦਾ। ਪਾਰਟ 2 ਵੀ ਅਗਰ ਦੇਖੋਗੇ ਤੁਹਾਨੂੰ ਪਾਰਟ 1 ਤੋਂ ਕੈਰੈਕਟਰਸ ਪਤਾ ਨਹੀਂ ਲੱਗਣਗੇ, ਪਾਰਟ 1 ਅਗਰ ਦੇਖੋਗੇ ਤਾਂ ਹੀ ਤੁਹਾਨੂੰ 2 ਦੇ ਕੈਰੈਕਟਰਸ ਪਤਾ ਲੱਗਣਗੇ। ਜਿਨ੍ਹਾਂ ਨੇ ਮੂਵੀ ਨਹੀਂ ਦੇਖੀ ਉਹਨਾਂ ਨੂੰ ਕੀ ਕਹਿਣਾ? ਦੇਖੋ ਭਰਾ 5 ਸੋ ਦੇਖਿਆ ਤੁਸੀਂ ਲੁਧਿਆਣਾ ਵਾਸੀ ਕਿੰਨੇ ਐਕਸਾਈਟਿਡ ਸੀ ਫਿਲਮ ਦੇਖਣ ਤੋਂ ਬਾਅਦ। ਸਾਫ਼ ਤੌਰ 'ਤੇ ਉਹਨਾਂ ਦਾ ਕਹਿਣਾ ਸੀਗਾ ਕਿ ਇੱਦਾਂ ਦੀ ਫਿਲਮ ਜਿਹੜੀ ਹੈ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ, ਜਿਹਦੇ 'ਚ ਇਫੈਕਟ ਸਪੈਸ਼ਲੀ ਇਫੈਕਟਸ ਲਗਾਏ ਜਾਣ। ਅਕਸਰ ਆਹ ਹਾਲੀਵੁੱਡ ਮੂਵੀਜ਼ ਦੇ ਵਿੱਚ ਦੇਖਦੇ ਹਾਂ ਅਸੀਂ ਕਿ ਇਫੈਕਟਸ ਲਗਾਏ ਗਏ, ਲੇਕਿਨ ਇਸ ਮੂਵੀ ਦੇ ਅੱਛੇ ਖਾਸੇ ਇਫੈਕਟ ਜਿਹੜੇ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਸਤੇਮਾਲ ਕੀਤੇ ਗਏ ਹੈਗੇ ਨੇ, ਜੋ ਕਿ ਦਰਸ਼ਕਾਂ ਨੂੰ ਇਸ ਮੂਵੀ ਦੇ ਵਿੱਚ ਜੋੜਨ ਦੇ ਵਿੱਚ ਕਾਮਯਾਬ ਰਹਿੰਦਾ ਹੈਗਾ। ਸੋ ਕਿਸੇ ਨੇ 3 ਸਟਾਰ ਤਾਂ ਕਿਸੇ ਨੇ 4 ਸਟਾਰ ਤਾਂ ਕਿਸੇ ਨੇ 5 ਸਟਾਰ ਤਾਂ, ਲੇਕਿਨ ਫਿਲਮ ਨੂੰ ਅਸੀਂ 4 ਸਟਾਰ ਦਿੰਦੇ ਹੈਗੇ ਹਾਂ ਲੁਧਿਆਣਾ ਲਾਈਵ ਦੀ ਪੂਰੀ ਟੀਮ ਵੱਲੋਂ। ਔਰ ਆਸ ਕਰਦੇ ਕਿ ਤੁਹਾਨੂੰ ਅੱਜ ਦਾ ਜਿਹੜਾ ਮੂਵੀ ਰਿਵਿਊ ਬਹੁਤ ਵਧੀਆ ਲੱਗਿਆ ਹੋਣਾ। ਕੈਮਰਾ ਪਰਸਨ ਧਰਮੇ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ, ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਲਾਈਵ।